ਇਸ ਬਹੁਤ ਹੀ ਰੋਚਕ ਤਜਰਬੇ ਵਿੱਚ ਨਮਕ ਦੇ ਦਾਣਿਆਂ ਨਾਲ ਚੀਜ਼ਾਂ ਨੂੰ ਸੰਤੁਲਨ ਅਤੇ ਟੇਢਾ ਕੀਤਾ ਜਾਵੇਗਾ। ਅੰਡੇ ਨੂੰ ਉਸ ਦੀ ਨੋਕ ਉੱਪਰ ਖੜ੍ਹੇ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ ਪਰ ਅੰਡਾ ਗਿਰ ਹੀ ਜਾਵੇਗਾ। ਹੁਣ ਮੇਜ਼ ਉੱਪਰ ਥੋੜ੍ਹਾ ਜਿਹਾ ਨਮਕ ਰੱਖ ਲਿਓ। ਉਸ ਉੱਪਰ ਆਂਡੇ ਨੂੰ ਸਿੱਧਾ ਖੜਾ ਕਰ ਦਿਓ। ਥੋੜ੍ਹੇ ਸਮੇਂ ਲਈ ਆਂਡੇ ਨੂੰ ਦਬਾ ਕੇ ਰੱਖੋ। ਹਿੰਮਤ ਨਾ ਹਾਰੋ, ਜ਼ੋਰ ਦੀ ਦਬਾਓ ਅਤੇ ਤੁਸੀਂ ਦੇਖੋਗੇ ਕਿ ਹੁਣ ਆਂਡਾ ਖੜਾ ਹੋ ਜਾਵੇਗਾ। ਨਮਕ ਦੇ ਬਾਕੀ ਦੇ ਦਾਣਿਆਂ ਨੂੰ ਹਟਾ ਦਿਓ। ਆਂਡੇ ਦੀ ਥੱਲੇ ਨਮਕ ਦੇ ਦਾਣੇ ਇੱਕ ਸਟੈਂਡ ਦੀ ਤਰ੍ਹਾਂ ਬਣ ਜਾਣਗੇ। ਤੁਸੀਂ ਆਂਡੇ ਨੂੰ ਉਸਦੇ ਪਤਲੇ ਪਾਸੇ ਵੀ ਇਸੇ ਤਰ੍ਹਾਂ ਖੜਾ ਕਰ ਸਕਦੇ ਹੋ। ਇਸ ਵਿੱਚ ਬਹੁਤ ਹੀ ਮਜ਼ਾ ਆਉਂਦਾ ਹੈ ਅਤੇ ਇਹ ਇੱਕ ਜਾਦੂ ਦੀ ਤਰ੍ਹਾਂ ਹੈ। ਹੁਣ ਲੋਹੇ ਦੀ ਡਲੀ ਲਓ ਅਤੇ ਉਸ ਨੂੰ ਉਸਦੇ ਇੱਕ ਕੋਨੇ 'ਤੇ ਖੜਾ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ ਪਰ ਉਹ ਹਰ ਵਾਰ ਡਿੱਗ ਜਾਵੇਗਾ। ਇੱਕ ਵਾਰ ਫਿਰ ਤੋਂ ਮੇਜ਼ ਉੱਪਰ ਨਮਕ ਦੇ ਦਾਣੇ ਖਿਲਾ ਲਓ। ਉਸ ਲੋਹੇ ਦੀ ਡਲੀ ਨੂੰ ਨਮਕ ਉੱਪਰ ਟਿਕਾਓ। ਉਸ ਨੂੰ ਥੋੜ੍ਹਾ ਜਿਹਾ ਹਿਲਾ ਕੇ ਸੰਤੁਲਨ ਬਣਾਓ ਅਤੇ ਉੱਥੇ ਦਬਾ ਕੇ ਰੱਖੋ। ਹਿੰਮਤ ਨਾ ਛੱਡੋ, ਤੁਸੀਂ ਇਹ ਹਿਲਾ ਕੇ ਸਿੱਧਾ ਰੱਖ ਸਕੋਗੇ। ਹੁਣ ਇੱਕ ਚਕੌਰ ਡੱਬੇ ਨੂੰ ਉਸ ਦੇ ਵਿੱਚ ਪਾਣੀ ਭਰਿਆ ਹੋਵੇ। ਸੰਤੁਲਿਤ ਕਰਨ ਦੀ ਕੋਸ਼ਿਸ਼ ਕਰੋ। ਉਸ ਦੀ ਇੱਕ ਕਿਨਾਰੀ ਨੂੰ ਨਮਕ ਦੇ ਦਾਣਿਆਂ ਉੱਪਰ ਰੱਖੋ। ਡੱਬੇ ਦਾ ਸੈਂਟਰ ਆਫ ਗ੍ਰੈਵਿਟੀ ਲੱਭਣ ਦੀ ਕੋਸ਼ਿਸ਼ ਕਰੋ ਅਤੇ ਉੱਥੇ ਉਸ ਨੂੰ ਟਿਕਾਉਣ ਦੀ ਕੋਸ਼ਿਸ਼ ਕਰੋ। ਇਹ ਬਹੁਤ ਮਜ਼ੇਦਾਰ ਹੈ। ਹੁਣ ਅਖੀਰ ਵਿੱਚ ਇਸੇ ਤਰ੍ਹਾਂ ਬੈਟਰੀ ਨੂੰ ਸੰਤੁਲਿਤ ਕਰੋ। ਇਸ ਦਾ ਤੱਲਾ ਗੋਲ ਹੋਣ ਕਾਰਨ ਇਹ ਮੁਸ਼ਕਲ ਤਾਂ ਹੋਵੇਗਾ ਪਰ ਅਸੰਭਵ ਨਹੀਂ।